ਨਾਕੇਬੰਦੀ ਦੇ ਦੌਰਾਨ ਦੋ ਦੋਸ਼ੀਆਂ ਨੂੰ ਕੀਤਾ ਕਾਬੂ। 5 ਕਿਲੋ 500 ਗ੍ਰਾਮ ਚਰਸ ਅਤੇ 1 ਕਿਲੋ 500 ਗ੍ਰਾਮ ਅਫੀਮ ਕੀਤੀ ਗਈ ਬਰਾਮਦ। ਆਏ ਦਿਨ ਵੱਧ ਰਹੇ ਨਸ਼ਾ ਤਸਕਰੀ ਤੇ ਨਕੇਲ ਪਾਉਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਡੀਐਸਪੀ ਫਲੌਰ ਅਮਰੀਕ ਸਿੰਘ ਚਾਹਲ ਅਤੇ ਫਲੌਰ ਥਾਣਾ ਮੁਖੀ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਹਾਈਟੈਕ ਨਾਕਾ ਸਤਲੁਜ ਪੁਲ ਫਲੌਰ ਤੇ ਨਾਕਾਬੰਦੀ ਦੇ ਦੌਰਾਨ ਆ ਜਾ ਰਹੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਦੌਰਾਨ ਲੁਧਿਆਣਾ ਸਾਈਡ ਤੋਂ ਆ ਰਹੀਆਂ ਬੱਸਾਂ ਦੀ ਚੈਕਿੰਗ ਦੇ ਦੌਰਾਨ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਪਾਸੋਂ ਮੌਕੇ ਤੇ 5 ਕਿਲੋ 500 ਗ੍ਰਾਮ ਚਰਸ ਤੇ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਜਾਣਕਾਰੀ ਅਨੁਸਾਰ ਦੋਸ਼ੀਆਂ ਦੀ ਪਛਾਣ ਨਿਰੰਜਨ ਕੁਮਾਰ ਵਾਸੀ ਡੰਡੀ ਟੋਲਾ ਬਿਹਾਰ ਤੇ ਈਸ਼ਵਰ ਲਾਲ ਵਾਸੀ ਪਿੱਪਲੀਆਂ ਡੋਰਵਾਲਾ ਮੱਧ ਪ੍ਰਦੇਸ਼ ਵਜੋਂ ਹੋਈ ਹੈ। ਇਹਨਾਂ ਦੋਨਾਂ ਦੋਸ਼ੀਆਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਤੋਂ ਪ੍ਰਪਾਲ ਦੀ ਰਿਪੋਰਟ। ਸਾਡੇ ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਨਵਜੋਤ ਸਿੰਘ ਮਾਲ ਜੀ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਹੈ ਫਲੌਰ ਸਬ ਡਿਵੀਜ਼ਨ ਦੇ ਵਿੱਚ, ਉਹਦੇ ਦੌਰਾਨ ਸਾਡੀ ਪੁਲਿਸ ਨੂੰ ਉਸ ਵੇਲੇ ਵਧੀਆ ਜਿਹੜੀ ਆ ਸਫਲਤਾ ਮਿਲੀ ਜਦੋਂ ਸਾਡੀ ਪੁਲਿਸ ਨੇ ਹਾਈਟੈਕ ਨਾਕੇ ਦੇ ਉੱਪਰ ਐਸਐਚਓ ਨੇ ਨਾਕਾ ਲਾਇਆ ਸੀਗਾ ਅਤੇ ਐਸਐਚਓ ਨੂੰ ਨਾਕੇ ਦੌਰਾਨ ਜਿਹੜਾ ਆ 5 ਕਿਲੋ 300 ਗ੍ਰਾਮ ਜਿਹੜੀ ਚਰਸ ਬਰਾਮਦ ਹੋਈ, ਜਿਹੜਾ ਕਿ ਇਹ ਆਦਮੀ ਜਿਹੜਾ ਹੈਗਾ ਨਿਰੰਜਨ ਦਾਸ ਇਹ ਬਿਹਾਰ ਦਾ ਰਹਿਣ ਵਾਲਾ ਜਿਹਦੇ ਕੋਲੋਂ ਚਰਸ ਬਰਾਮਦ ਹੋਈ ਹੈ। ਔਰ ਦੂਜੀ ਜਿਹੜੀ ਸਾਡੀ ਰਿਕਵਰੀ ਹੋਈ ਹੈ 1.5 ਕਿਲੋ ਫੀਮ ਦੀ, ਇਹ ਵੀ ਹਾਈਟੈਕ ਨਾਕੇ ਦੇ ਉੱਪਰ ਸਾਡੇ ਜਿਹੜਾ ਪੁਲਿਸ ਨੇ ਫਲੌਰ ਪੁਲਿਸ ਨੇ ਨਾਕਾ ਲਾਇਆ ਸੀ, ਹਾਈਟੈਕ ਨਾਕੇ ਦੀ ਪੁਲਿਸ ਵੀ ਨਾਲ ਸੀ, ਉਹਦੇ ਵਿੱਚੋਂ ਵੀ ਜਿਹੜੀ ਆ 1.5 ਕਿਲੋ ਫੀਮ ਬਰਾਮਦ ਹੋਈ ਹੈ। ਇਹਨਾਂ ਦੇ ਉੱਤੇ ਅਸੀਂ ਕੇਸ ਰਜਿਸਟਰ ਕਰਤੇ ਹੈ ਜੀ ਅਤੇ ਬਾਕੀ ਹੁਣ ਪੁੱਛਗਿੱਛ ਚੱਲ ਰਹੀ ਹੈ, ਤਫਤੀਸ਼ ਚੱਲ ਰਹੀ ਹੈ, ਬੈਕਗ੍ਰਾਊਂਡ ਹੁਣ ਚੈੱਕ ਕਰਾਂਗੇ ਕੀ ਹੈਗੀ ਹੈ ਰਿਮਾਂਡ ਲੈ ਕੇ ਕੀ ਹੈ। ਅਸੀਂ ਅਜੇ ਤਾਂ ਇਹਨਾਂ ਨੇ ਇਹੀ ਦੱਸਿਆ ਵੀ ਸਾਡਾ ਤੀਜਾ ਕਿਹੜਾ ਹੈ ਜਿਹੜਾ ਫੀਮ ਵਾਲਾ ਕਹਿ ਰਿਹਾ, ਉਹ ਸਾਡਾ ਦੂਜਾ ਕਿਹੜਾ ਆ, ਇਹ ਇੱਥੇ ਜਲੰਧਰ ਕਿਸੇ ਨੂੰ ਦੇਣ ਆ ਰਿਹਾ ਸੀਗਾ, ਜਿਹੜੀ ਚਰਸ ਹੈਗੀ ਹੈ ਅੰਮ੍ਰਿਤਸਰ ਦੇਣ ਜਾ ਰਿਹਾ ਸੀ, ਲੈ ਕੇ ਆਇਆ ਜਿਹੜਾ ਤਾਂ ਹੈਗਾ ਬਿਹਾਰ ਵਾਲਾ, ਇਹ ਤਾਂ ਨੇਪਾਲ ਦੇ ਲਾਗਿਓ ਲੈ ਕੇ ਆਇਆ, ਕਠਮੰਡੂ ਤੋਂ ਕਹਿੰਦਾ ਅਸੀਂ ਮੰਗਵਾਈ ਹੈ, ਠੀਕ ਹੈ ਹੁਣ ਵੈਰੀਫਾਈ ਕਰਾਂਗੇ, ਜਿਹੜੀ ਅਫੀਮ ਆ ਉਹ ਜਿਹੜੀ ਆ ਉਹ ਮੱਧ ਪ੍ਰਦੇਸ਼ ਤੋਂ ਆਈ। ਪੰਜਾਬ ਦੇ ਪਸ਼ੂ ਪਾਲਣ ਮੱਛੀ ਪਾਲਣ